ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ। ਕਿਹਾ ਜਾਂਦਾ ਹੈ ਕਿ ਕਿਸੇ ਚੀਜ਼ ਨੂੰ ਪਾਉਣ ਲਈ ਜਦ ਕੋਈ ਵਿਅਕਤੀ ਜਨੂੰਨ ਦੀ ਹੱਦ ਤੱਕ ਜਾਂਦਾ ਹੈ ਤਾਂ ਕੁਦਰਤ ਵੀ ਉਸਦਾ ਸਾਥ ਦਿੰਦੀ ਹੈ। ਦੱਸਦੀ ਹੈ ਕਿ ਸੁੰਦਰਤਾ ਮੁਕਾਬਲੇ 'ਚ ਬਟਾਲਾ ਦੀ ਆਂਗਣਵਾੜੀ ਅਧਿਆਪਕਾ ਦਲਜੀਤ ਕੌਰ ਨੇ ਖਿਤਾਬ ਜਿੱਤਿਆ। ਬਟਾਲਾ ਕਾਦੀਆਂ ਰੋਡ 'ਤੇ ਰਹਿਣ ਵਾਲੀ ਆਂਗਣਵਾੜੀ ਅਧਿਆਪਕਾ ਦਲਜੀਤ ਕੌਰ ਨੇ ਜੋ ਸ਼ੌਂਕ ਵਜੋਂ ਮਾਡਲਿੰਗ ਦੇ ਖੇਤਰ 'ਚ ਪ੍ਰਾਈਡ ਆਫ ਇੰਡੀਆ ਦਾ ਖਿਤਾਬ ਉਹਨਾਂ ਨੇ ਜਿੱਤਿਆ, ਉੱਥੇ ਹੀ ਦੇਸ਼ ਭਰ 'ਚ ਦੂਸਰਾ ਸਥਾਨ ਹਾਸਲ ਕੀਤਾ। ਦਿੱਲੀ 'ਚ ਹੋਈ ਨੈਸ਼ਨਲ ਪੱਧਰ ਦੇ ਮੁਕਾਬਲੇ 'ਚ ਫਸਟ ਰਨਰ ਅਪ ਦਾ ਖਿਤਾਬ ਆਪਣੇ ਨਾਮ ਉਹਨਾਂ ਕੀਤਾ। ਜ਼ਿਕਰਯੋਗ ਹੈ ਇਸੇ ਸੁੰਦਰਤਾ ਮੁਕਾਬਲੇ ਦੇ ਪਹਿਲੇ ਪੜਾਅ 'ਚ ਕੁਝ ਮਹੀਨੇ ਪਹਿਲਾਂ ਦਲਜੀਤ ਕੌਰ ਮਿਸਿਸ ਗੁਰਦਾਸਪੁਰ ਵੀ ਰਹਿ ਚੁੱਕੇ ਹਨ ਅਤੇ ਉਸ ਤੋਂ ਬਾਅਦ ਮਿਸ ਪੰਜਾਬਣ ਦਾ ਖਿਤਾਬ ਵੀ ਉਹਨਾਂ ਹਾਸਲ ਕੀਤਾ ਹੈ ਅਤੇ ਹੁਣ ਦੇਸ਼ 'ਚ ਦੂਸਰਾ ਸਥਾਨ ਜਿੱਤਿਆ। ਉੱਥੇ ਹੀ ਬਟਾਲਾ ਪਹੁੰਚਣ 'ਤੇ ਦਲਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ, ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਹਨ। ਗੱਲਬਾਤ ਦੌਰਾਨ ਦਲਜੀਤ ਕੌਰ ਨੇ ਦੱਸਿਆ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਸੁੰਦਰਤਾ ਮੁਕਾਬਲਾ ਫਾਰ ਐਵਰ ਸਟਾਰ ਇੰਡੀਆ ਵੱਲੋਂ ਭਾਰਤ ਦੇ ਸਾਰੇ ਸੂਬਿਆਂ 'ਚ ਕਰਵਾਏ ਗਏ ਸੀ, ਜਿਸ ਵਿੱਚ ਉਸਨੇ ਫਸਟ ਰਨਰ ਅਪ ਦਾ ਖਿਤਾਬ ਜਿੱਤਿਆ ਸੀਗਾ ਅਤੇ ਹੁਣ ਦਸੰਬਰ ਦੇ ਮਹੀਨੇ ਦਿੱਲੀ 'ਚ ਨੈਸ਼ਨਲ ਪੱਧਰ 'ਤੇ ਉਹ ਜਿੱਤ ਕੇ ਆਈ ਹੈ। ਅਤੇ ਦਲਜੀਤ ਕੌਰ ਦਾ ਕਹਿਣਾ ਹੈ ਕਿ ਇਸ ਕਾਮਯਾਬੀ ਪਿੱਛੇ ਉਹ ਮੁੱਖ ਤੌਰ 'ਤੇ ਆਪਣੇ ਪਤੀ ਗੁਰਮੇਜ ਸਿੰਘ ਦਾ ਧੰਨਵਾਦ ਕਰਦੀ ਹੈ, ਜਿਨ੍ਹਾਂ ਉਹਨਾਂ ਦਾ ਵਿਆਹ ਤੋਂ ਬਾਅਦ ਬਹੁਤ ਸਾਥ ਦਿੱਤਾ ਅਤੇ ਕਦੇ ਕੋਈ ਰੋਕ ਟੋਕ ਨਹੀਂ ਕੀਤੀ। ਦਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਮਿਸਿਸ ਇੰਡੀਆ ਬਣਨਾ ਸੀ ਅਤੇ ਉਹ ਅੱਜ ਪੂਰਾ ਹੋ ਗਿਆ। ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਣੇ ਜੋ ਬੇਹੱਦ ਖੂਬਸੂਰਤ ਹਨ। ਬਹੁਤ ਕਰਨਾ ਪਿਆ ਕਿਉਂਕਿ ਹਰ ਤਰ੍ਹਾਂ ਨਾਲ ਜਿਹੜਾ ਆ ਮੇਨਟੇਨ ਕਰਨਾ ਪੈਂਦਾ ਆ, ਹਰ ਤਰ੍ਹਾਂ ਦੀ ਕਲਾਸ ਸਾਨੂੰ ਲਾਉਣੀ ਪਈ। ਫੈਮਿਲੀ ਨੇ ਬੜੀ ਸਪੋਰਟ ਕੀਤੀ ਆ, ਹਸਬੈਂਡ ਨੇ ਵੀ ਬਹੁਤ ਸਪੋਰਟ ਕੀਤੀ ਆ ਇੱਥੋਂ ਤੱਕ ਪਹੁੰਚਣ ਲਈ। ਅਕਸਰ ਹੀ ਦੇਖਿਆ ਜਾਂਦਾ ਨਾ ਕਿ ਮੈਰਿਡ ਵੂਮੈਨ ਹੋਵੇ ਔਰ ਵਰਕਿੰਗ ਵੂਮੈਨ ਵੀ ਹੋਵੇ ਅਤੇ ਉਹਦੇ ਲਈ ਸ਼ਾਇਦ ਪ੍ਰਾਇਓਰਟੀਜ਼ ਪਹਿਲੇ ਫੈਮਿਲੀ ਵੀ ਰਹਿੰਦੀ ਆ, ਜੋਬ ਵੀ ਰਹਿੰਦੀ, ਲੇਕਿਨ ਉਹਦੇ ਵਿੱਚ ਇਹ ਸੁਪਨੇ ਦੱਬ ਕੇ ਰਹਿ ਜਾਂਦੇ ਆ। ਇਹ ਸ਼ਾਇਦ ਮੇਰੀ ਫੈਮਿਲੀ ਨੇ ਸਪੋਰਟ ਕੀਤੀ ਅਤੇ ਪਰ ਮੈਂ ਆਪਣੀ ਫੈਮਿਲੀ ਵੀ ਵੇਖੀ, ਆਪਣੇ ਬੱਚੇ ਆਪਣੇ ਹਸਬੈਂਡ ਨੂੰ ਵੇਖਿਆ, ਆਪਣੀ ਜੋਬ ਵੀ ਵੇਖੀ ਅਤੇ ਉਹਦੇ ਨਾਲ ਨਾਲ ਮੇਰੇ ਮਤਲਬ ਮੇਰੀ ਜੋਬ ਦੇ ਨਾਲ ਮੇਰੇ ਦਫ਼ਤਰ ਵਾਲਿਆਂ ਵੀ ਮੇਰੀ ਬਹੁਤ ਸਪੋਰਟ ਕੀਤੀ, ਮੇਰੇ ਹਸਬੈਂਡ ਨੇ ਵੀ, ਮੇਰੇ ਬੱਚਿਆਂ ਨੇ ਵੀ, ਫੈਮਿਲੀ ਨੇ, ਸਾਰੀ ਨੇ ਮੇਰੀ ਬਹੁਤ ਸਪੋਰਟ ਕੀਤੀ ਆ ਕਿ ਜਦੋਂ ਵੀ ਮੈਨੂੰ ਕਿਸੇ ਚੀਜ਼ ਦੀ ਲੋੜ ਪਈ ਉਹਨਾਂ ਮੇਰਾ ਸਾਥ ਦਿੱਤਾ। ਇਹ ਜਿਹੜਾ ਤੁਸੀਂ ਅਵਾਰਡ ਜਿੱਤ ਕੇ ਆਏ ਹੋ, ਇਹ ਕੰਪੀਟੀਸ਼ਨ ਕਿੱਥੇ ਹੋਇਆ? ਔਰ ਇਹ ਦਿੱਲੀ ਦੇ ਵਿੱਚ ਦਵਾਰਕਾ ਵੈਲਕਮ ਆਈਟੀਸੀ 'ਚ ਹੋਇਆ ਅਤੇ ਇਹ ਪ੍ਰਾਈਡ ਆਫ ਇੰਡੀਆ ਵੱਲੋਂ ਜਿਹੜਾ ਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਕਰਵਾਇਆ ਗਿਆ ਅਤੇ ਜਿਸ 'ਚ ਮੈਂ ਫਸਟ ਰਨਰ ਅਪ ਰਹੀ। ਇੱਥੋਂ ਤੱਕ ਪਹੁੰਚਣਾ ਕਿੰਨਾ ਸੌਖਾ ਸੀ? ਨਹੀਂ ਸੌਖਾ ਨਹੀਂ, ਬਹੁਤ ਔਖਾ ਸੀ ਅਤੇ ਉਦੋਂ ਤਾਂ ਬਹੁਤ ਮਨ ਵਿੱਚ ਟੈਨਸ਼ਨ ਸੀ ਕਿ ਪਤਾ ਨਹੀਂ ਕੀ ਹੋਏਗਾ ਅਤੇ ਚਲੋ ਵਾਹਿਗੁਰੂ ਨੇ ਵਧੀਆ ਕੀਤਾ ਕਿ ਮੈਂ ਜਿਹੜਾ ਨੈਸ਼ਨਲ, ਮੇਰੇ ਮਨ 'ਚ ਸੀ ਕਿ ਮੈਂ ਇੱਕ ਵਾਰੀ ਨੈਸ਼ਨਲ ਜਿੱਤ ਕੇ ਆਉਣਾ ਆ ਅਤੇ ਚਲੋ ਮੈਂ ਜਿੱਤ ਕੇ ਆਈ ਹਾਂ। ਅੱਗੇ ਵੀ ਆਪਣੇ ਸੁਪਨੇ ਦੱਬ ਕੇ ਵੇਖੋ? ਨਹੀਂ, ਮੈਂ ਸਭ ਲੇਡੀਜ਼ ਨੂੰ ਕਹਿੰਦੀ ਜੇ ਤੁਹਾਡੇ ਕਿਸੇ ਵੀ ਫੀਲਡ ਵਿੱਚ ਜਾਣ ਦੇ ਸੁਪਨੇ ਆ ਤਾਂ ਉਹਨੂੰ ਜ਼ਰੂਰ ਸਾਕਾਰ ਕਰਨੇ ਚਾਹੀਦੇ ਆ, ਅੱਗੇ ਨਿਕਲ ਕੇ ਆਉਣਾ ਚਾਹੀਦਾ, ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ ਅਤੇ ਮੇਨ ਗੱਲ ਹੈ ਕਿ ਆਪਣੀ ਫੈਮਿਲੀ ਦੀ ਸਪੋਰਟ ਹੋਣੀ ਚਾਹੀਦੀ ਆ, ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ। ਹਾਂਜੀ, ਸਭ ਤੋਂ ਪਹਿਲਾਂ ਮੇਰਾ ਜਿਹੜਾ ਆ ਅਪ੍ਰੈਲ ਵਿੱਚ 2023 ਦੇ ਅਪ੍ਰੈਲ ਵਿੱਚ ਮੈਂ ਇੱਕ ਫੋਰਮ ਆਡੀਸ਼ਨ ਫਿਲ ਕੀਤਾ ਸੀ ਅਤੇ ਜਦੋਂ ਵਿੱਚ ਮੇਰਾ ਜਿਹੜਾ ਔਨਲਾਈਨ ਆਡੀਸ਼ਨ ਹੋਇਆ ਉਸ 'ਚੋਂ ਮੈਂ ਚੁਣੀ ਗਈ ਅਤੇ ਫਿਰ ਉਸ ਤੋਂ ਬਾਅਦ ਸਾਡਾ ਕੰਪੀਟੀਸ਼ਨ ਹੋਇਆ ਮੇਰਾ ਮਈ ਦੇ ਵਿੱਚ, ਜਿਸ 'ਚ ਮੈਂ ਪੂਰੇ ਗੁਰਦਾਸਪੁਰ ਸਿਟੀ 'ਚੋਂ ਮਤਲਬ ਵਿਨਰ ਰਹੀ ਹਾਂ। ਉਸ ਤੋਂ ਬਾਅਦ ਜਿਹੜਾ ਸਾਡਾ ਇਹ G2 ਕੈਟਾਗਰੀ ਦਾ ਜਿਹੜਾ ਆ ਜੈਪੁਰ ਹੋਇਆ ਸੀ ਅਤੇ ਉਹਦੇ ਵਿੱਚੋਂ ਮੈਂ ਜਿਹੜਾ ਆ ਸਟੇਟ ਲੈਵਲ ਦਾ ਜਿਹੜਾ ਫਸਟ ਰਨਰ ਅਪ ਦਾ ਖਿਤਾਬ ਜਿੱਤਿਆ ਅਤੇ ਹੁਣ ਪੂਰੇ ਨੈਸ਼ਨਲ ਲੈਵਲ ਦਾ ਸੀ ਦਵਾਰਕਾ 'ਚ ਦਿੱਲੀ ਵਿੱਚ, ਉਹਦੇ ਵਿੱਚੋਂ ਮੈਂ ਨੈਸ਼ਨਲ ਵਿੱਚੋਂ ਫਸਟ ਰਨ ਅਪ ਰਹੀ। ਇੱਥੇ ਵੀ ਔਖਾ ਹੋ ਜਾਂਦਾ ਹੋਵੇਗਾ? ਹਾਂਜੀ, ਦਿੱਲੀ ਇਹ ਦਿੱਲੀ ਸ਼ਹਿਰ ਦੀਆਂ ਕਾਫੀ ਕਾਫੀ ਵਧੀਆ ਸਟੇਟ ਦੀਆਂ ਲੜਕੀਆਂ ਵੀ ਸੀ ਪਰ ਚਲੋ ਉਹਨਾਂ ਵੀ ਸਾਰਾ ਕੁਛ ਵੇਖ ਕੇ ਅਤੇ ਫਿਰ ਮੈਨੂੰ ਮਤਲਬ ਫਸਟ ਰਨ ਅਪ ਬਣਾਇਆ। ਉਹਦੇ 'ਚ ਸਾਡਾ ਹੈ ਤਾਂ ਬਹੁਤ ਟਫ ਹੁੰਦਾ ਆ, ਤੁਹਾਨੂੰ ਪਤਾ ਕਿ ਹਰ ਬੰਦਾ ਕਹਿੰਦਾ ਕਿ ਮੈਂ ਵਧੀਆ ਤੋਂ ਵਧੀਆ ਕਰਾਂ
ਤੇ ਚਲੋ ਚੈਲੰਜਿੰਗ ਵੀ ਉਦੋਂ ਹੋ ਜਾਂਦਾ ਹੈ। ਹਾਂਜੀ ਉਦੋਂ ਤੇ ਹੈ ਸੀ, ਉਦੋਂ ਤੇ ਬਹੁਤ ਡਰ ਲੱਗਦਾ ਸੀ ਕਿ ਪਤਾ ਨਹੀਂ ਕੀ ਹੋਣਾ ਆ ਜਾਂ ਕੀ ਹੋਏਗਾ। ਲੇਕਿਨ ਜਦੋਂ ਗਰਾਊਂਡ ਮਿਲਿਆ ਉਦੋਂ ਕਿੱਦਾਂ ਦੀ ਮੂਮੈਂਟ ਸੀ ਉਦੋਂ ਤੇ ਕਿਵੇਂ ਕਰ ਡਿਸਕ੍ਰਾਈਬ ਕਰ ਸਕਦੇ ਹੋ? ਉਹ ਮੈਂ ਦੱਸ ਨਹੀਂ ਸਕਦੀ ਕਿ ਕਿਵੇਂ ਦਾ ਸੀ ਉਹ ਟਾਈਮ। ਮੈਨੂੰ ਤੇ ਇੱਕਦਮ ਅੱਖਾਂ ਚਤਰੂ ਹੈਗੀ ਕਿ ਮੈਂ ਵਾਕਈ ਫਸਟ ਰਨਰ ਅਪ ਬਣ ਗਈ ਹਾਂ।